ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਜ਼ੋਮੈਟਿਕੀ ਸੋਲੂਸ਼ਨ ਤੇ ਮੈਂ ਤੁਹਾਡਾ ਦੋਸਤ ਵਿਰਿੰਦਰ ਲੈ ਕੇ ਆਉਣਾ ਹਰ ਇੱਕ ਖਬਰ ਤੁਹਾਡੀ ਨਜ਼ਰ ਗੱਲ ਕਰਾਂਗੇ ਮੌਸਮ ਦੀ ਮੌਸਮ ਦੇ ਵਿੱਚ ਲੁਧਿਆਣਾ ਚ ਗਰਮੀ ਤੋਂ ਰਾਤ 29 ਸਤੰਬਰ ਨੂੰ ਹੋ ਸਕਦੀ ਹੈ ਜਾਨੀ ਕਿ ਅੱਜ ਹਲਕੀ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਵਿੱਚ ਹਰ ਇੱਕ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੁੰਬਈ ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਪਾਣੀ ਨਾਲ ਭਰੀਆਂ ਸੜਕਾਂ ਲੋਕ ਹੋਏ ਬਿਹਾਲ ਨਵਜੋਸੀ ਦੁੱਦੀ ਹਜ਼ਰ ਤੋ ਹੀ ਪੂਰੀ ਚਾਕੇ ਵੀ ਨਹੀਂ ਜਾ ਸਕਦੇ ਪਾਜਪਾ ਦੇ ਵਿੱਚ ਐਂਟਰੀ ਕਿਸਾਨ ਸੰਘਰਸ਼ ਦੇ ਬਾਵਜੂਦ ਤਿੰਨੋਂ ਬਿਲ ਬਣੇ ਕਾਨੂੰਨ ਰਾਸ਼ਟਰਪਤੀ ਨੇ ਲਾਈ ਮੋਹਰ ਇਹ ਕੰਪਨੀ 1000 ਲੋਕਾਂ ਨੂੰ ਦੇਵੇਗੀ ਨੌਕਰੀ ਤੋਂ ਦਿੱਲੀ ਕਿੱਥੇ ਬਣ ਸਕਦਾ ਹੈ ਮੌਕਾ ਜਾਣੋ ਕੇਸ ਮੈਨੇਜਮੈਂਟ ਸਰਵਿਸ ਕੰਪਨੀ CMSS ਕੰਪਨੀ ਹੈ ਜਿਹੜੀ ਆਉਣ ਵਾਲੇ 2 ਮਹੀਨਿਆਂ ਦੇ ਵਿੱਚ 1000 ਬੰਦੇ ਨੂੰ ਜਿਹੜੀ ਇਹ ਨੌਕਰੀ ਦੇ ਸਕਦੀ ਹੈਗੀ ਫਾਈਨੈਂਸ ਹੀਰੋ ਫਿੰਕ੍ਰੋਪ ਸਮੇਤ ਕੰਪਨੀ ਨਾਲ ਇਹਨਾਂ ਨੇ ਕੀਤਾਗਾ ਸਮਝੌਤਾ ਹੁਣ ਰੇਲਵੇ ਕਰੇਗਾ ਚਾਰਜ ਵਸੂਲ ਮਹਿੰਗੀ ਹੋਈ ਏਸੀ ਡੱਬੇ ਦੀ ਯਾਤਰਾ ਆਨਲੋਕ 5 ਹੋ ਸਕਦਾਗਾ ਐਲਾਨ ਮਿਲ ਸਕਦੀਆਂ ਨੇ ਤਿਹਾਰਾਂ ਨੂੰ ਮੱਦੇਨਜ਼ਰ ਰੱਖ ਕੇ ਕਾਫੀ ਛੋਟਾ ਗਠਜੋੜ ਤੋੜਨ ਤੋਂ ਬਾਅਦ ਕਾਲੀਦੜ ਪਾਜਪਾ ਨੂੰ ਇੱਕ ਹੋਰ ਝਟਕਾ 1 ਅਕਤੂਬਰ ਤੋਂ ਦਿੱਲੀ 에ਅਰਪੋਰਟ ਦੇ ਟਰਮੀਨਲ 2 ਤੋਂ ਫਲਾਈਟ ਸ਼ੁਰੂ 6 ਮਹੀਨੇ ਬਾਅਦ ਸੇਵਾ ਬਹਾਲ ਡੇਰਾ ਬਿਆਸ ਦੇ ਸਾਰੇ ਸਮਾਗਮ ਫਰਵਰੀ 2021 ਤੱਕ ਰੱਦ ਨਾਮਦਾਨ ਵੀ ਨਹੀਂ ਮਿਲੇਗਾ ਖੇਤੀ ਐਕਟ ਕਾਰਨ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਤਰਾ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਦੇ ਕੈਪਟਨ ਦਾ ਵੱਡਾ ਬਣ ਕੇ ਆਈਐਸਆਈ ਦਾ ਨਿਸ਼ਾਨਾ ਬਣ ਸਕਦੇ ਨੇ ਕਿਸਾਨ ਖੇਤੀ ਬਿਲਾ ਦੇ ਵਿਰੋਧ ਚ ਦਿੱਲੀ ਇੰਡੀਆ ਗੇਟ ਤੇ ਟਰੈਕਟਰ ਨੂੰ ਲਾਈ ਗਈ ਅੱਗ ਖੇਤੀ ਬਿਲਾ ਦੇ ਕੈਪਟਨ ਦਾ ਜਵਾਬ ਨਹੀਂ ਰੁੱਲਣ ਦੇਵਾਂਗਾ ਕਿਸਾਨ ਤੇ ਦੋਸਤੋ ਇਸ ਤਰ੍ਹਾਂ ਦੀ ਹੋਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਥੈਂਕ ਯੂ